ਅਸੀਂ ਕਈ ਚੀਜ਼ਾਂ ਦੇਖੀਆਂ ਜਿਹੜੀਆਂ ਪੰਜਾਬ ਵਿੱਚ ਅਤੇ ਦੂਜੇ ਸੂਬਿਆਂ ਦੇ ਐਕਟ, ਜੇ ਪੰਜਾਬੀ ਹਿਮਾਚਲ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ, ਜੇ ਪੰਜਾਬੀ ਰਾਜਸਥਾਨ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ, ਜੇ ਪੰਜਾਬੀ ਉੱਤਰਾਖੰਡ ਜਾਣਾ ਚਾਹੇ ਨਹੀਂ ਕਰ ਸਕਦਾ, ਜੇ ਐਂਡ ਕੇ 'ਚ ਨਹੀਂ ਕਰ ਸਕਦਾ, ਉੱਥੇ ਜ਼ਮੀਨ ਨਹੀਂ ਲੱਗ ਸਕਦਾ ਖੇਤੀ ਕਰਨ ਵਾਸਤੇ। ਸੋ ਅਕਾਲੀ ਦਲ ਇਜ਼ ਵੈਰੀ ਕਲੀਅਰ, ਜਾਂ ਤਾਂ ਸਾਨੂੰ ਉੱਥੇ ਜਾਣ ਦਿਓ, ਸਾਨੂੰ ਅਲਾਓ ਕਰੋ, ਨਹੀਂ ਤਾਂ ਪਿਸ਼ਾਬ ਅਸੈਂਬਲੀ ਐਕਟ ਲੈ ਕੇ ਆਵਾਂਗੇ ਕਿ ਦੂਜੇ ਲੋਕ ਪੰਜਾਬ ਦੇ ਵਿੱਚ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ। ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ, ਜਾਂ ਤਾਂ ਸਾਨੂੰ ਉੱਥੇ ਅਲਾਓ ਕਰੋ, ਨਹੀਂ ਤਾਂ ਸਾਡੇ ਪੰਜਾਬ 'ਚ ਨਹੀਂ ਅਸੀਂ ਅਲਾਓ ਕਰਾਂਗੇ ਕਿ ਦੂਜੇ ਸਟੇਟਸ ਦੇ ਲੋਕ ਇੱਥੇ ਆ ਕੇ ਖੇਤੀ ਵਾਸਤੇ ਇੱਥੇ ਜ਼ਮੀਨ ਲੈ ਕੇ ਸਾਡੇ ਪਿੰਡਾਂ 'ਚ ਆਉਣ, ਸਾਡੀ ਜ਼ਮੀਨਾਂ ਲੈ ਕੇ ਉਹ ਇੱਥੇ ਕਰਨ। ਉਹ ਆ ਜ਼ਮੀਨ ਸਾਡੀ ਹੈ, ਆ ਕਾਨੂੰਨ ਇੱਕ ਹੋਣਾ ਚਾਹੀਦਾ ਸਾਰੇ ਦੇਸ਼ ਵਾਸਤੇ। ਐਂ ਨਹੀਂ ਹੈ ਕਿ ਆ ਉਹ ਸਟੇਟ ਆਪਣਾ ਕਰਨ ਅਤੇ ਸਾਡੇ ਸਟੇਟ 'ਤੇ ਬੋਝ ਪਾਉਣ। ਦੂਜੀ ਗੱਲ, ਜਿਹੜੀਆਂ ਜੋਬਸ ਆ ਸਰਕਾਰੀ, ਆਈ ਵਾਂਟ ਟੂ ਮੇਕ ਇਟ ਕਲੀਅਰ, ਆ ਗਵਰਨਮੈਂਟ ਕਮਸ ਓਨਲੀ ਪੰਜਾਬ ਡੋਮੋਸਾਈਲ ਪੀਪਲ ਵਿਲ ਗੈਟ ਜੋਬਸ ਇਨ ਪੰਜਾਬ, ਸਰਕਾਰੀ ਜੋਬਸ। ਐਂਡ ਡੋਮੋਸਾਈਲ ਲੈਣ ਦੀ ਸਰਟੀਫਿਕੇਟ ਕਈ ਮਿਲ ਮੁਲ ਕੇ 10-15 ਦਿਨ 'ਚ ਹੀ ਲੈ ਲੈਂਦੇ ਸਰਟੀਫਿਕੇਟ, ਉਹ ਨਹੀਂ। ਵੀਲ ਮੇਕ ਵੈਰੀ ਐਕਸਟ੍ਰੀਮਲੀ ਸਟ੍ਰਿਕਟ ਕੰਡੀਸ਼ਨਸ, ਐਂਡ ਜਿਹੜਾ ਆਫਿਸਰ ਦਊਗਾ ਡੋਮੋਸਾਈਲ, ਜੇ ਪਤਾ ਲੱਗ ਗਿਆ ਹੀ ਵਿਲ ਬੀ ਡਿਸਮਿਸ ਫਰੋਮ ਸਰਵਿਸ। ਜਿੰਨੀ ਇੰਡਸਟਰੀ ਹੈ ਅਸੀਂ ਇਨਸੈਂਟਿਵਾਈਜ਼ ਕਰਕੇ, ਪ੍ਰਾਈਵੇਟ ਸੈਕਟਰ ਇੰਡਸਟਰੀ ਜਿੰਨੀ ਇਨਵੈਸਟਮੈਂਟ ਆਊਗੀ ਉਹਨਾਂ ਨੂੰ ਇਨਸੈਂਟਿਵ ਲਿੰਕ, ਜੋਬ ਲਿੰਕ ਇਨਸੈਂਟਿਵ ਦੇਵਾਂਗੇ। ਜਿੰਨੇ ਤੁਸੀਂ ਪੰਜਾਬੀਆਂ ਨੂੰ ਆਪਣੇ ਪਰਸੈਂਟੇਜ ਜੋਬ ਦਿਓਗੇ ਓਨਾ ਜ਼ਿਆਦਾ ਤੁਹਾਨੂੰ ਇਨਸੈਂਟਿਵ ਮਿਲੂਗਾ ਇੱਥੇ, ਭਾਵੇਂ ਇਲੈਕਟ੍ਰੀ ਫਰੀ ਹੈ, ਭਾਵੇਂ GST ਰਿਬੇਟਸ ਹੈ ਸਾਰੀਆਂ, ਤੁਹਾਨੂੰ ਮਿਨੀਮਮ ਤੁਹਾਨੂੰ 75% ਜੋਬ ਦੇਣੇ ਪੈਣੇ ਹੈ ਇਫ ਯੂ ਵਾਂਟ ਦ ਇਨਸੈਂਟਿਵ, ਅਤੇ ਉਹਦੇ ਉੱਤੇ ਜਿੰਨਾ ਦੇਈ ਜਾਓਗੇ ਉਨੇ ਇਨਸੈਂਟਿਵ ਤੁਹਾਡੇ ਵਧੀ ਜਾਣਗੇ। ਅਸੀਂ, ਮੇਰਾ ਮਿਸ਼ਨ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਾ ਪਏ, ਇੱਥੇ ਅਸੀਂ ਇਕਨੋਮਿਕ ਸੈਂਟਰ ਬਣਾ ਕੇ, ਜਿਵੇਂ ਮੋਹਾਲੀ ਹੈ, ਅੰਮ੍ਰਿਤਸਰ ਹੈ, ਇਹਨੂੰ ਦੋ ਵੱਡੇ IT ਹੱਬ ਲਾਈਕ ਹੈਦਰਾਬਾਦ ਐਂਡ ਬੈਂਗਲੋਰ ਬਣਾਉਣਾ ਹੈ। ਅਸੀਂ ਸਿਸਟਮ ਸ਼ੁਰੂ ਕਰਤਾ ਸੀ ਪਰ ਸਰਕਾਰ ਟੁੱਟ ਗਈ, ਆਹ ਜਿਹੜੇ ਏਅਰਪੋਰਟ ਬਣਾਏ ਸੀ, ਇਨਫਰਾਸਟਰਕਚਰ ਬਣਾਏ ਸੀ, ਹੋਟਲ ਇੰਡਸਟਰੀ ਲਿਆਉਂਦੀ ਸੀ, ਉਹ ਇਸ ਕਰਕੇ ਸੀ ਕਿਉਂ ਆਹ ਬੇਸਿਕ ਰਿਕੁਆਇਰਮੈਂਟ ਹੈ। ਬਾਕੀ ਪੰਜਾਬ ਵਿੱਚ ਟੈਕਸਟਾਈਲ ਹੱਬ ਅਤੇ ਟੂਰਿਜ਼ਮ, ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ ਅਤੇ ਥੀਨ ਡੈਮ ਵਿਲ ਬਿਕਮ ਵਨ ਆਫ ਦ ਬਿਗੈਸਟ ਟੂਰਿਸਟ ਡੈਸਟੀਨੇਸ਼ਨ ਆਫ ਦ ਕੰਟਰੀ, ਐਂਡ ਵੀ ਵਿਲ ਡਿਵੈਲਪ ਗੁਰੂ ਦੀ ਨਗਰੀ ਅੰਮ੍ਰਿਤਸਰ ਸਾਹਿਬ, ਜਿਵੇਂ ਸਾਡੀ ਹੈਰੀਟੇਜ ਸਟਰੀਟ ਬਣਾਈ ਸੀ, ਦ ਹੋਲ ਵਰਲਡ ਸਿਟੀ ਵਿਲ ਬੀ ਮੇਡ ਇਨ ਟੂ ਦ ਸੇਮ ਹੈਰੀਟੇਜ ਸਟਰੀਟ। ਮੈਂ ਤਾਂ ਪਿਛਲੀ ਵਾਰ ਵੀ ਕੀਤਾ ਸੀ ਪਲਾਨ ਪਰ ਆਪਣੀ ਸਰਕਾਰ ਨਹੀਂ ਬਣੀ, ਨਹੀਂ ਤਾਂ ਆਈ ਵਾਜ਼ ਗੋਇੰਗ ਟੂ ਪੁੱਟ ਭਾਵੇਂ 1,000 ਕਰੋੜ ਲੱਗਦਾ, 2,000 ਕਰੋੜ ਲੱਗਦਾ, ਕੋਈ ਸਾਰਾ ਕੁਛ ਹੀ ਆਪਾਂ ਨੂੰ ਉਸ ਪਵਿੱਤਰ ਧਰਤੀ ਤੋਂ ਮਿਲਦਾ ਹੈ ਅਤੇ ਸਾਰੇ ਦੁਨੀਆ ਦੀ ਸੰਗਤ ਇੱਥੇ ਆਉਂਦੀ ਹੈ। ਦੇ ਸ਼ੁੱਡ ਫੀਲ ਪ੍ਰਾਊਡ ਦੈਟ ਐਡੀ ਸੋਹਣੀ ਅਸਾਂ ਸਿਟੀ ਬਣਾਈ ਹੈ।